ਕਰਕੇ ਸਾਰਾ ਪ੍ਰੋਗਰਾਮ ਖਰਾਬ ਹੋ ਗਿਆ ਕਿ ਨਹੀਂ, ਝਾਕੀਆਂ ਸੀ ਸਾਰੇ ਉੱਥੇ, ਗਿੱਲਾ ਗਿੱਲਾ ਹੋ ਗਿਆ ਅਤੇ ਕਰੰਟ ਲੱਗਣ ਦਾ ਡਰ ਸੀ, ਅਤੇ ਅਸੀਂ ਪਰਿਵਾਰ ਸਮੇਤ ਵਾਪਸ ਆ ਗਏ। ਜਨਮਅਸ਼ਟਮੀ ਜਿਹੜੀ ਸਾਲ ਬਾਅਦ ਆਉਂਦੀ ਆ, ਤਿਉਹਾਰ ਆਉਂਦਾ, ਲੋਕਾਂ ਨੂੰ ਚਾਅ ਆਉਂਦਾ, ਅੱਜ ਬਾਰਿਸ਼ ਹੋਣ ਕਰਕੇ ਸਾਰਾ ਖਰਾਬ ਹੋ ਗਿਆ। ਬਿਲਕੁਲ, ਸਾਰਾ ਪੱਟੀ ਮਿਸ ਹੋ ਗਈ ਸੀ ਸਾਰੀ, ਝਾਕੀਆਂ ਸਾਰੀਆਂ ਬੰਦ ਹੋ ਗਈਆਂ। ਸਾਨੂੰ ਮੀਂਹ ਕਰਕੇ ਕਰੰਟ ਲੱਗਣ ਦਾ ਵੀ ਡਰ ਸੀ, ਇਸ ਕਰਕੇ ਪਰਿਵਾਰ ਸਮੇਤ ਅਸੀਂ ਵਾਪਸ ਹੀ ਆ ਗਏ ਆਪਣੇ ਘਰ। ਮੀਂਹ ਕਰਕੇ ਸਾਰਾ ਪ੍ਰੋਗਰਾਮ ਖਰਾਬ ਹੋ ਗਿਆ ਕਿ ਨਹੀਂ, ਝਾਕੀਆਂ ਸੀ ਸਾਰੇ ਉੱਥੇ, ਗਿੱਲਾ ਗਿੱਲਾ ਹੋ ਗਿਆ ਅਤੇ ਕਰੰਟ ਲੱਗਣ ਦਾ ਡਰ ਸੀ, ਅਤੇ ਅਸੀਂ ਪਰਿਵਾਰ ਸਮੇਤ ਵਾਪਸ ਆ ਗਏ। ਜਨਮਅਸ਼ਟਮੀ ਜਿਹੜੀ ਸਾਲ ਬਾਅਦ ਆਉਂਦੀ ਆ, ਤਿਉਹਾਰ ਆਉਂਦਾ, ਲੋਕਾਂ ਨੂੰ ਚਾਅ ਆਉਂਦਾ, ਅੱਜ ਬਾਰਿਸ਼ ਹੋਣ ਕਰਕੇ ਸਾਰਾ ਖਰਾਬ ਹੋ ਗਿਆ। ਬਿਲਕੁਲ, ਸਾਰਾ ਪੱਟੀ ਮਿਸ ਹੋ ਗਈ ਸੀ ਸਾਰੀ, ਝਾਕੀਆਂ ਸਾਰੀਆਂ ਬੰਦ ਹੋ ਗਈਆਂ। ਸਾਨੂੰ ਮੀਂਹ ਕਰਕੇ ਕਰੰਟ ਲੱਗਣ ਦਾ ਵੀ ਡਰ ਸੀ, ਇਸ ਕਰਕੇ ਪਰਿਵਾਰ ਸਮੇਤ ਅਸੀਂ ਵਾਪਸ ਹੀ ਆ ਗਏ ਆਪਣੇ ਘਰ। ਮੀਂਹ ਕਰਕੇ ਸਾਰਾ ਪ੍ਰੋਗਰਾਮ ਖਰਾਬ ਹੋ ਗਿਆ ਕਿ ਨਹੀਂ, ਝਾਕੀਆਂ ਸੀ ਸਾਰੇ ਉੱਥੇ, ਗਿੱਲਾ ਗਿੱਲਾ ਹੋ ਗਿਆ ਅਤੇ ਕਰੰਟ ਲੱਗਣ ਦਾ ਡਰ ਸੀ, ਅਤੇ ਅਸੀਂ ਪਰਿਵਾਰ ਸਮੇਤ ਵਾਪਸ ਆ ਗਏ। ਜਨਮਅਸ਼ਟਮੀ ਜਿਹੜੀ ਸਾਲ ਬਾਅਦ ਆਉਂਦੀ ਆ, ਤਿਉਹਾਰ ਆਉਂਦਾ, ਲੋਕਾਂ ਨੂੰ ਚਾਅ ਆਉਂਦਾ, ਅੱਜ ਬਾਰਿਸ਼ ਹੋਣ ਕਰਕੇ ਸਾਰਾ ਖਰਾਬ ਹੋ ਗਿਆ। ਬਿਲਕੁਲ, ਸਾਰਾ ਪੱਟੀ ਮਿਸ ਹੋ ਗਈ ਸੀ ਸਾਰੀ, ਝਾਕੀਆਂ ਸਾਰੀਆਂ ਬੰਦ ਹੋ ਗਈਆਂ। ਸਾਨੂੰ ਮੀਂਹ ਕਰਕੇ ਕਰੰਟ ਲੱਗਣ ਦਾ ਵੀ ਡਰ ਸੀ, ਇਸ ਕਰਕੇ ਪਰਿਵਾਰ ਸਮੇਤ ਅਸੀਂ ਵਾਪਸ ਹੀ ਆ ਗਏ ਆਪਣੇ ਘਰ। ਮੀਂਹ ਕਰਕੇ ਸਾਰਾ ਪ੍ਰੋਗਰਾਮ ਖਰਾਬ ਹੋ ਗਿਆ ਕਿ ਨਹੀਂ, ਝਾਕੀਆਂ ਸੀ ਸਾਰੇ ਉੱਥੇ, ਗਿੱਲਾ ਗਿੱਲਾ ਹੋ ਗਿਆ ਅਤੇ ਕਰੰਟ ਲੱਗਣ ਦਾ ਡਰ ਸੀ, ਅਤੇ ਅਸੀਂ ਪਰਿਵਾਰ ਸਮੇਤ ਵਾਪਸ ਆ ਗਏ। ਜਨਮਅਸ਼ਟਮੀ ਜਿਹੜੀ ਸਾਲ ਬਾਅਦ ਆਉਂਦੀ ਆ, ਤਿਉਹਾਰ ਆਉਂਦਾ, ਲੋਕਾਂ ਨੂੰ ਚਾਅ ਆਉਂਦਾ, ਅੱਜ ਬਾਰਿਸ਼ ਹੋਣ ਕਰਕੇ ਸਾਰਾ ਖਰਾਬ ਹੋ ਗਿਆ। ਬਿਲਕੁਲ, ਸਾਰਾ ਪੱਟੀ ਮਿਸ ਹੋ ਗਈ ਸੀ ਸਾਰੀ, ਝਾਕੀਆਂ ਸਾਰੀਆਂ ਬੰਦ ਹੋ ਗਈਆਂ। ਸਾਨੂੰ ਮੀਂਹ ਕਰਕੇ ਕਰੰਟ ਲੱਗਣ ਦਾ ਵੀ ਡਰ ਸੀ, ਇਸ ਕਰਕੇ ਪਰਿਵਾਰ ਸਮੇਤ ਅਸੀਂ ਵਾਪਸ ਹੀ ਆ ਗਏ ਆਪਣੇ ਘਰ। ਮੀਂਹ ਕਰਕੇ ਸਾਰਾ ਪ੍ਰੋਗਰਾਮ ਖਰਾਬ ਹੋ ਗਿਆ ਕਿ ਨਹੀਂ, ਝਾਕੀਆਂ ਸੀ ਸਾਰੇ ਉੱਥੇ, ਗਿੱਲਾ ਗਿੱਲਾ ਹੋ ਗਿਆ ਅਤੇ ਕਰੰਟ ਲੱਗਣ ਦਾ ਡਰ ਸੀ, ਅਤੇ ਅਸੀਂ ਪਰਿਵਾਰ ਸਮੇਤ ਵਾਪਸ ਆ ਗਏ। ਜਨਮਅਸ਼ਟਮੀ ਜਿਹੜੀ ਸਾਲ ਬਾਅਦ ਆਉਂਦੀ ਆ, ਤਿਉਹਾਰ ਆਉਂਦਾ, ਲੋਕਾਂ ਨੂੰ ਚਾਅ ਆਉਂਦਾ, ਅੱਜ ਬਾਰਿਸ਼ ਹੋਣ ਕਰਕੇ ਸਾਰਾ ਖਰਾਬ ਹੋ ਗਿਆ। ਬਿਲਕੁਲ, ਸਾਰਾ ਪੱਟੀ ਮਿਸ ਹੋ ਗਈ ਸੀ ਸਾਰੀ, ਝਾਕੀਆਂ ਸਾਰੀਆਂ ਬੰਦ ਹੋ ਗਈਆਂ। ਸਾਨੂੰ ਮੀਂਹ ਕਰਕੇ ਕਰੰਟ ਲੱਗਣ ਦਾ ਵੀ ਡਰ ਸੀ, ਇਸ ਕਰਕੇ ਪਰਿਵਾਰ ਸਮੇਤ ਅਸੀਂ ਵਾਪਸ ਹੀ ਆ ਗਏ ਆਪਣੇ ਘਰ। ਮੀਂਹ ਕਰਕੇ ਸਾਰਾ ਪ੍ਰੋਗਰਾਮ ਖਰਾਬ ਹੋ ਗਿਆ ਕਿ ਨਹੀਂ, ਝਾਕੀਆਂ ਸੀ ਸਾਰੇ ਉੱਥੇ, ਗਿੱਲਾ ਗਿੱਲਾ ਹੋ ਗਿਆ ਅਤੇ ਕਰੰਟ ਲੱਗਣ ਦਾ ਡਰ ਸੀ, ਅਤੇ ਅਸੀਂ ਪਰਿਵਾਰ ਸਮੇਤ ਵਾਪਸ ਆ ਗਏ। ਜਨਮਅਸ਼ਟਮੀ ਜਿਹੜੀ ਸਾਲ ਬਾਅਦ ਆਉਂਦੀ ਆ, ਤਿਉਹਾਰ ਆਉਂਦਾ, ਲੋਕਾਂ ਨੂੰ ਚਾਅ ਆਉਂਦਾ, ਅੱਜ ਬਾਰਿਸ਼ ਹੋਣ ਕਰਕੇ ਸਾਰਾ ਖਰਾਬ ਹੋ ਗਿਆ। ਬਿਲਕੁਲ, ਸਾਰਾ ਪੱਟੀ ਮਿਸ ਹੋ ਗਈ ਸੀ ਸਾਰੀ, ਝਾਕੀਆਂ ਸਾਰੀਆਂ ਬੰਦ ਹੋ ਗਈਆਂ। ਸਾਨੂੰ ਮੀਂਹ ਕਰਕੇ ਕਰੰਟ ਲੱਗਣ ਦਾ ਵੀ ਡਰ ਸੀ, ਇਸ ਕਰਕੇ ਪਰਿਵਾਰ ਸਮੇਤ ਅਸੀਂ ਵਾਪਸ ਹੀ ਆ ਗਏ ਆਪਣੇ ਘਰ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।